बट सेकेंड डोज सिर्फ 38% लोगों को लगी है, तो क्या उस पर जोर दिया जा रहा है क्योंकि सेकेंड डोज में पिछड़ते हुए नजर आ रहे हैं? आपने कल भी देखा है, हमने दो दिन पहले इधर से वाहन जो है रवाना की है लोगों को अवेयर करने वास्ते। सो असी लोगों को रिक्वेस्ट कर रहे हैं, असी एडवरटाइजमेंट कर रहे हैं, लोगों को अवेयर कर रहे हैं कि वैक्सीन जड़ी बड़ी जरूरी है। जिन्ना नहीं लवाई अज तक, चाहे फर्स्ट हो जाए चाहे सैकेंड हो जाए, उन्होंने जरूर रिक्वेस्ट कर रहे हैं कि कोई भी वैक्सीन तो बगैर ना रहे। सरकार कोल पूरा स्टॉक है, पूरी वैक्सीन है। हुण असी आपणियां टीमां जिहड़ियां ने उह घर घर भेज रहे हैं तां कि सारिआं नूं जिहड़ी वैक्सीन दित्ती जा सके। पंजाब सरकार जिहड़ी है पूरे जोर नाल इस काम च लगी है कि हर नूं वैक्सीन जिहड़ी आ उह दित्ती जा सके। सो एक महीने दे विच इह टीचा जी पूरा करिए। साडियां टीमां जिहड़ियां लगियां ने शहरां च वी लगियां ने, ज्यादा साडे जिहड़े कुछ डिस्ट्रिक्ट ने उन्हां च थोड़ी घट वैक्सीन आ, जिस तरह बठिंडा है, मानसा है, फिरोजपुर आ, इह पंज डिस्ट्रिक्ट आ जिथे थोड़ी घट आ, उत्थे असीं पूरी कर रहे हैं। बाकी साडे जिहड़े डिस्ट्रिक्ट ने उन्हां च 90% दे करीब असीं फस्ट डोज जिहड़ी आ उह दे चुके आ, 40% दे करीब असीं डबल डोज भी दे चुके आ। सो डेली जिहड़ा इह काम साडा वैक्सीन दा चल रहा, बड़ी तेजी नाल चल रहा। देखो जेडे भी केस आ रहे ने, कोई भी टूरिस्ट बाहरों आ रहा, हर एक वास्ते टेस्टिंग जेडी आ जरूरी आ, हर एक दा टेस्ट हो रहा। सो जेड़ा पॉजिटिव केस उत्थे आ रहा जां नेगेटिव भी आउंदा, फिर भी जो गाइडलाइनज ने सेंटर गवर्नमेंट वालों आईया ने, 7 दिन उन्हूं अपने घर च ही रहना पऊगा। सो जिन्नियां गाइडलाइनज उन्हां नूं पंजाब सरकार जिहड़ी आ फॉलो कर रही है। सो हर एक वास्ते जिहड़ा भी टूरिस्ट आउंदा वो जो गाइडलाइन है उहदे मुताबिक ही उहदे नाल ट्रीट कीता जा रहा। हॉस्पिटल्स को क्या बीफ अप किया जा रहा है थर्ड वेव की तैयारी के मद्देनजर, कि अगर थर्ड वेव आती है तो क्या हॉस्पिटल्स को बीफ अप वगैरह शुरू हो चुकी है, मेडिसिन ऑक्सीजन की प्रोक्योरमेंट सारा सारा कुछ जी जिहड़ियां मीटिंगां सी लै रहे आ ਉਹ ਇਸੇ ਕੰਮ ਲਈ ਅਸੀਂ ਮੀਟਿੰਗਾਂ ਕਰ ਰਹੇ ਹਾਂ। ਸਾਰੇ ਅਫਸਰ ਸਮਾਨ ਸਾਰੇ ਦੀਆਂ ਡਿਊਟੀਆਂ ਲੱਗ ਚੁੱਕੀਆਂ ਨੇ, ਸਭ ਫੀਲਡ 'ਚ ਵੀ ਜਾ ਰਹੇ ਨੇ, ਅਸੀਂ ਫੀਲਡ 'ਚ ਵੀ ਜਾ ਕੇ ਸਾਡੇ ਅਫਸਰ ਸਮਾਨ ਮੀਟਿੰਗਾਂ ਕਰ ਰਹੇ ਨੇ। ਸੋ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਆਉਣ ਦਿੱਤੀ ਜਾਏਗੀ। ਜਿਸ ਤਰ੍ਹਾਂ ਅਸੀਂ ਫਸਟ ਵੇਵ ਦੀ ਲੜਾਈ ਲੜੀ ਆ, ਸੈਕਿੰਡ ਵੇਵ ਦੀ ਲੜਾਈ ਲੜੀ ਆ, ਥਰਡ ਵੇਵ ਲਈ ਵੀ ਅਸੀਂ ਪੂਰੀ ਤਿਆਰੀ ਆ ਸਾਡੀ ਸਰਕਾਰ ਦੀ। ਕੱਲ੍ਹ ਵੀ ਮੀਟਿੰਗ ਸਾਡੇ CM ਸਾਹਿਬ ਨੇ ਕਰੋਨਾ ਦੀ ਰਿਵਿਊ ਮੀਟਿੰਗ ਜਿਹੜੀ ਹੈ ਕੱਲ੍ਹ ਲਈ ਹੈ। ਸੋ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਏਗੀ। ਦੇਖੋ ਪਹਿਲੀ ਗੱਲ ਤਾਂ ਇਹ BJP ਨੇ ਵੇਖਣਾ ਜਾਂ ਕੈਪਟਨ ਸਾਹਿਬ ਦੀ ਪਾਰਟੀ ਨੇ ਵੇਖਣਾ ਜਾਂ ਢੀਂਡਸਾ ਜੀ ਨੇ ਵੇਖਣਾ, ਇਹ ਉਹਨਾਂ ਨੇ ਵੇਖਣਾ। ਉਹਦੇ 'ਚ ਮੈਂ ਕੋਈ ਟਿੱਪਣੀ ਨਹੀਂ ਕਰਦਾ, ਪਰ ਕਾਂਗਰਸ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ। ਹਰ ਪਾਰਟੀ ਨੂੰ ਰਾਈਟ ਹੈ, ਹਰ ਪਾਰਟੀ ਨੇ ਇਲੈਕਸ਼ਨ 'ਚ ਜਾਣਾ। ਸੋ ਸਾਡੀ ਪਾਰਟੀ ਨੇ 5 ਸਾਲ, ਸਾਡੀ ਕਾਂਗਰਸ ਦੀ ਸਰਕਾਰ ਨੇ 5 ਸਾਲ ਪੰਜਾਬ 'ਚ ਕੰਮ ਕੀਤਾ। ਜੋ ਵਾਅਦੇ ਕੀਤੇ ਸੀ ਕਾਂਗਰਸ ਪਾਰਟੀ ਨੇ ਉਹ ਪੂਰੇ ਕੀਤੇ ਨੇ। ਅਸੀਂ ਕੰਮ ਕਰਕੇ ਲੋਕਾਂ ਦੇ ਦਰਬਾਰ 'ਚ ਜਾਣਾ ਹੈ। ਸਾਨੂੰ ਪੂਰੀ ਆਸ ਹੈ ਕਿ ਲੋਕ ਫਿਰ ਸਾਡਾ ਸਾਥ ਦੇਣਗੇ, ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ। ਕੈਪਟਨ ਸਾਹਿਬ ਦਾ ਦਾਅਵਾ ਹੈ ਕਿ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਵੱਡੇ ਵੱਡੇ ਜਿਹੜੇ ਲੀਡਰਸ ਨੇ ਉਹ ਕੈਪਟਨ ਸਾਹਿਬ ਦੇ ਨਾਲ ਆਉਣਗੇ। ਵੇਖੋ ਜਿਹਦੇ ਦਾਅਵੇ ਹੈ ਨਾ, ਹਰ ਬੰਦਾ ਕੋਈ ਗੱਲ ਕਰ ਸਕਦਾ, ਹਰ ਕੋਈ ਨੂੰ ਰਾਈਟ ਆ, ਪਰ ਟਾਈਮ ਹੀ ਦੱਸਦਾ ਨਾ, ਜੋ ਟਾਈਮ ਆਏਗਾ ਟਾਈਮ ਦੱਸੂਗਾ। ਸੋਨੀ ਸਾਹਿਬ, ਅੱਜ ਦੀ ਡੇਟ 'ਚ ਹਰ ਇੱਕ ਵਰਗ, ਕਰਮਚਾਰੀ ਵਰਗ ਲਗਾ ਲਓ ਜਾਂ ਦੂਜੇ, ਸਾਰੇ ਸੜਕਾਂ ਤੇ ਉਤਰੇ ਪਏ ਆ, ਹਰ ਇੱਕ ਡਿਪਾਰਟਮੈਂਟ 'ਚ ਇਸ ਟਾਈਮ ਸਟ੍ਰਾਈਕ ਵਾਲਾ ਜਿਹੜਾ ਮਾਹੌਲ ਚੱਲ ਰਿਹਾ, ਤੇ ਤੁਸੀਂ ਦੂਜੇ ਪਾਸੇ ਅਪਾਇੰਟਮੈਂਟਾਂ ਕਾਫੀ ਕੀਤੀਆਂ, ਅੱਜ ਵੀ ਤੁਸੀਂ ਅਪਾਇੰਟਮੈਂਟਾਂ ਦਿੱਤੀਆਂ, ਕਿਹਾ ਕੀ ਹੈ ਵੀ ਜਿਹੜੀ ਬੈਲੈਂਸ ਹੈਗੀਆਂ ਉਹ ਵੀ ਅਸੀਂ ਬਹੁਤ ਜਲਦੀ ਪੂਰੀਆਂ ਕਰ ਲਾਂਗੇ। ਵੇਖੋ ਤੁਸੀਂ ਇਹ ਰੈਗੂਲਰ ਨੇ ਜੀ, ਅਸੀਂ ਕੋਈ ਅਪਾਇੰਟਮੈਂਟ ਨਹੀਂ ਕਰ ਰਹੇ, ਅਸੀਂ ਰੈਗੂਲਰ ਅਪਾਇੰਟਮੈਂਟ ਜਿਹੜੇ ਲੈਟਰ ਦਿੱਤੇ।
ਦਿੱਤੇ ਨੇ। ਸੋ ਸਭ ਤੋਂ ਪਹਿਲਾਂ ਤੇ ਇਹ ਮੈਂ ਤੁਹਾਨੂੰ ਦੱਸਿਆ ਕਿ ਸਰਕਾਰ ਕੋਈ ਵੀ ਕੰਟੈਕਟ ਬੇਸ ਤੇ ਨਹੀਂ ਅਪਾਇੰਟਮੈਂਟ ਲੈਟਰ ਦੇ ਰਹੀ, ਅਸੀਂ ਪਰਮਾਨੈਂਟ ਸਾਡੀ ਭਰਤੀ ਹੈ। ਸੋ ਉਸ ਤੋਂ ਬਾਅਦ ਅਸੀਂ ਹੋਰ ਵੀ ਜਿਹੜੇ ਅਸੀਂ ਕੰਟੈਕਟ ਬੇਸ ਤੇ ਸੀਗੇ 35-36 ਹਜ਼ਾਰ ਦੇ ਕਰੀਬ ਸਾਡੇ ਜਿਹੜੇ ਇੰਪਲਾਈ ਸੀਗੇ ਜਿਨ੍ਹਾਂ ਦੇ 10 ਸਾਲ ਪੂਰੇ ਹੋ ਗਏ ਨੇ ਸਰਵਿਸ ਦੇ, ਉਹਨਾਂ ਨੂੰ ਵੀ ਕੈਬਨਿਟ ਨੇ ਸਾਡੇ CM ਸਾਹਿਬ ਨੇ ਜਿਹੜਾ ਡਿਸੀਜਨ ਲਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਅਸੀਂ 35-36 ਹਜ਼ਾਰ ਮੁਲਾਜ਼ਮਾਂ ਦਾ ਆਲਰੇਡੀ ਕੰਟੈਕਟ ਬੇਸ ਤੇ ਸੀ, ਉਹਨੂੰ ਵੀ ਸਰਕਾਰ ਜਿਹੜਾ ਪੱਕਾ ਕਰਨ ਜਾ ਰਹੀ ਹੈ, ਕਰ ਵੀ ਰਹੀ ਹੈ। ਸੋ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ, ਅਸੀਂ ਜੇ ਮੁਲਾਜ਼ਮਾਂ ਨਾਲ ਵੀ ਵਾਅਦੇ ਕੀਤੇ ਸੀ ਉਹ ਵੀ ਪੂਰੇ ਕਰ ਰਿਹਾ। ਪਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਧਰਨਿਆਂ ਦੀ, ਕਿਉਂਕਿ ਇਲੈਕਸ਼ਨ ਦਾ ਟਾਈਮ ਆ, ਕੋਈ ਵੀ ਤੁਸੀਂ ਇਲੈਕਸ਼ਨ ਲੈ ਲਓ, ਜਦੋਂ ਲਾਸਟ ਟਾਈਮ ਇਲੈਕਸ਼ਨ ਦੇ ਥੋੜ੍ਹੇ 1-2 ਮਹੀਨੇ ਰਹਿ ਜਾਂਦੇ ਨੇ, ਉਦੋਂ ਮੁਲਾਜ਼ਮ ਸੜਕਾਂ 'ਤੇ ਆਉਂਦੇ ਹੀ ਆਉਂਦੇ ਨੇ, ਕੋਈ 5 ਹਜ਼ਾਰ ਨਹੀਂ ਆਉਣ ਲੱਗੇ। ਸੋ ਅੱਜ ਵੀ ਅਸੀਂ ਕਹਿ ਰਹੇ ਹਾਂ ਕਿ ਜਿਹੜੀਆਂ ਜਾਇਜ਼ ਮੰਗਾਂ ਨੇ ਮੁਲਾਜ਼ਮਾਂ ਦੀਆਂ, ਉਹ ਸਰਕਾਰ ਨੇ ਪੂਰੀਆਂ ਕਰਨੀਆਂ ਹੀ ਕਰਨੀਆਂ ਨੇ। ਜਿਹੜੀਆਂ ਕੋਈ ਨਾ ਪੂਰੀਆਂ ਹੋਣ ਵਾਲੀਆਂ ਇਹਨਾਂ ਦੀਆਂ ਮੰਗਾਂ ਨੇ, ਜਿਹੜੀਆਂ ਜਾਇਜ਼ ਨਹੀਂ ਮੰਗਾਂ, ਉਹ ਪੂਰੀਆਂ ਹੋਣੀਆਂ ਬੜੀਆਂ ਮੁਸ਼ਕਿਲ ਹੁੰਦੀਆਂ ਨੇ। ਸੋ ਇਹਨਾਂ ਦਾ ਰਾਈਟ ਹੈ ਧਰਨੇ ਦੇਣਾ, ਮੁਜ਼ਾਹਰੇ ਕਰਨਾ, ਇਹਨਾਂ ਦਾ ਰਾਈਟ ਆ, ਅਸੀਂ ਉੱਥੋਂ ਰੋਕਦੇ ਨਹੀਂ। ਪਰ ਇੱਕ ਗੱਲ ਮੈਂ ਮੈਸੇਜ ਤੁਹਾਡੇ ਰਾਹੀਂ ਮੁਲਾਜ਼ਮ ਸਾਥੀ ਜਿਹੜੇ ਧਰਨਿਆਂ 'ਤੇ ਜਾਂਦੇ ਨੇ ਉਹਨਾਂ ਨੂੰ ਮੈਂ ਦੇਣਾ ਚਾਹੁੰਦੇ ਹਾਂ ਕਿ ਧਰਨੇ ਮੁਜ਼ਾਹਰਿਆਂ ਦਾ ਵੀ ਟਾਈਮ ਆ, ਵਰਕਿੰਗ ਡੇ ਵਾਲੇ ਦਿਨ ਡਿਊਟੀ ਦਾ ਟਾਈਮ, ਜਿਹੜਾ ਧਰਨੇ ਮੁਜ਼ਾਹਰੇ 'ਤੇ ਜਾਏਗਾ ਉੱਥੇ ਫਿਰ ਕਾਨੂੰਨ ਆਪਣਾ ਕੰਮ ਕਰੇਗਾ। ਅਸੀਂ ਹਜੇ ਇਹਨਾਂ ਨੂੰ ਇਹ ਢਿੱਲ ਇੰਨੀ ਕੁ ਦਿੱਤੀ ਆ, ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਨੇ, ਸਾਡੇ ਇਹ ਆਪਣੇ ਪੰਜਾਬ ਦੇ ਵਸਿੰਦੇ ਨੇ, ਅਸੀਂ ਇਹਨਾਂ ਨਾਲ ਪਿਆਰ ਕਰਦੇ ਹਾਂ, ਸਾਡੇ ਵੋਟਰ ਸਪੋਰਟਰ ਵੀ ਨੇ। ਸੋ ਅਸੀਂ ਇਹਨਾਂ ਨਾਲ ਪੂਰਾ ਪਿਆਰ ਕਰਦੇ ਹਾਂ, ਸਾਡੇ ਇੰਪਲਾਈ ਨੇ। ਪਰ ਜੇ ਸਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ, ਜੇ ਜਾਇਜ਼ ਮੰਗਾਂ ਜਿਹੜੀਆਂ ਅਸੀਂ ਆਪ ਕਹਿ ਰਹੇ ਵੀ ਇਹਨਾਂ ਦੀਆਂ ਮੰਗਣੀਆਂ ਨੇ, ਮੰਨਣੀਆਂ ਨੇ, ਅਸੀਂ ਮੰਗਾਂ ਇਹਨਾਂ ਦੀਆਂ ਮੰਨੀਆਂ ਵੀ ਨੇ, ਕਿੰਨੀਆਂ ਮੰਗਾਂ ਇਹਨਾਂ ਦੀਆਂ ਮੰਨੀਆਂ ਗਈਆਂ ਨੇ। ਜੇ ਕੋਈ ਰਹਿ ਗਈਆਂ ਨੇ ਉਹ ਵੀ ਅਸੀਂ ਜਿਹੜੀ ਆ 2-3 ਦਿਨਾਂ 'ਚ ਅਸੀਂ ਆ, ਕੱਲ੍ਹ ਵੀ ਮੀਟਿੰਗ ਕੀਤੀ ਆ ਮੈਂ CM ਸਾਹਿਬ ਨਾਲ, ਜਿਹੜੇ ਸਾਡੇ ਹੈਲਥ ਡਿਪਾਰਟਮੈਂਟ ਦੇ ਇੰਪਲਾਈ ਨੇ, ਨਰਸ ਨੇ, ਸਾਡੀਆਂ ਆਸ਼ਾ ਵਰਕਰਸ ਨੇ, ਸਾਡੀਆਂ ANMs ਨੇ, ਅਸੀਂ ਕੱਲ੍ਹ ਵੀ ਮੀਟਿੰਗ ਕੀਤੀ ਆ, ਫਾਈਨਾਂਸ ਮਿਨਿਸਟਰ ਬੈਠੇ ਸੀਗੇ, ਸਾਡੇ CM ਸਾਹਿਬ ਸੀ, ਮੈਂ ਸੀ, ਕੱਲ੍ਹ ਵੀ ਮੀਟਿੰਗ ਕੀਤੀ ਆ। ਸੋ ਅੱਜ ਸਾਡੇ ਸੈਕਟਰੀ ਬੈਠ ਰਹੇ ਨੇ, ਸੈਕਟਰੀ ਸਾਡੇ ਹੈਲਥ ਸੈਕਟਰੀ ਬੈਠ ਰਹੇ ਨੇ, ਫਾਈਨਾਂਸ ਸੈਕਟਰੀ ਬੈਠ ਰਹੇ ਨੇ, ਇਹਨਾਂ ਦੀ ਅੱਜ ਮੀਟਿੰਗ ਹੋ ਰਹੀ ਹੈ, ਕੱਲ੍ਹ ਸਾਡੀ ਫਿਰ CM ਸਾਹਿਬ ਦੀ, ਮੇਰੀ ਅਤੇ ਫਾਈਨਾਂਸ ਮਿਨਿਸਟਰ ਸਾਹਿਬ ਦੀ ਮੀਟਿੰਗ ਆ, ਉਹਦੇ 'ਚ ਅਸੀਂ ਫੈਸਲੇ ਲੈ ਰਹੇ ਹਾਂ, ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ 'ਤੇ ਅਸੀਂ ਡਿਸੀਜਨ ਕਰ ਰਹੇ ਹਾਂ। ਜੇ ਫਿਰ ਵੀ ਇਹ ਕਾਲੇ ਪੈਣਗੇ, ਮੈਂ ਸਮਝਦਾ ਇਹਨਾਂ ਨੂੰ ਸ਼ਾਂਤੀ ਰੱਖਣੀ ਚਾਹੀਦੀ ਆ, ਇਹਨਾਂ ਨੂੰ ਲੋਕਾਂ ਵੱਲ ਵੇਖਣਾ ਚਾਹੀਦਾ, ਕੋਈ ਇਕੱਲਾ ਮੇਰਾ ਕੰਮ ਨਹੀਂ, ਇਹ ਤੁਹਾਡਾ ਵੀ ਕੰਮ ਹੈ, ਸਾਰੇ ਪੰਜਾਬ ਦਾ ਕੰਮ ਹੈ। ਜੇ ਕੋਈ ਪੇਸ਼ੈਂਟ ਆਉਂਦਾ ਫਿਰ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ, ਨੌਕਰੀਆਂ ਤਾਂ ਮਿਲਦੀਆਂ ਨੇ ਜਿੱਥੇ ਜਿੱਥੇ ਅਸੀਂ ਲੋਕ ਬੈਠੇ, ਸਾਡੀਆਂ ਵੀ ਕੋਈ ਜ਼ਿੰਮੇਵਾਰੀਆਂ ਨੇ, ਚਾਹੇ ਸਾਡੇ ਇੰਪਲਾਈਜ਼ ਨੇ, ਚਾਹੇ ਅਸੀਂ ਲੋਕ ਹਾਂ, ਚਾਹੇ ਤੁਸੀਂ ਲੋਕ, ਸਾਡੀਆਂ ਵੀ ਸਾਰਿਆਂ ਦੀਆਂ ਕੋਈ ਨਾ ਕੋਈ ਜ਼ਿੰਮੇਵਾਰੀਆਂ ਬਣਦੀਆਂ ਨੇ, ਸਾਨੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ ਸਾਰਿਆਂ ਨੂੰ। ਸੋ ਐਕਸ਼ਨ ਪਲਾਨ ਮੈਂ ਤੁਹਾਨੂੰ ਇੱਕ ਮਿੰਟ ਵੇਖੋ, ਟਾਈਮ 4 ਮੀਟਿੰਗਾਂ ਕਰ ਗਏ ਜੀ, ਮੇਰੇ ਨਾਲ 4-4 ਮੀਟਿੰਗਾਂ ਕਰ ਗਏ ਨੇ, ਹੁਣ ਇਹਨਾਂ ਨੂੰ ਟਾਈਮ ਦਿੱਤਾ ਵੀ ਤੁਸੀਂ ਸਾਨੂੰ ਟਾਈਮ ਦਿਓ, ਅੱਗੇ ਇਹਨਾਂ ਦਾ ਕਿੰਨਾ ਕੁਛ ਕੀਤਾ ਸਰਕਾਰ ਨੇ, ਤੁਸੀਂ ਵੇਖੋ ਕਿੰਨਾ ਕੁਛ ਕੀਤਾ ਇਹਨਾਂ ਦੇ 36 ਹਜ਼ਾਰ ਜਿਹੜੇ ਕੰਟੈਕਟ ਬੇਸ ਤੇ ਸੀਗੇ ਉਹਨਾਂ ਨੂੰ ਸਰਕਾਰ ਪੱਕਿਆ ਕਰਨ ਜਾ ਰਹੀ ਹੈ ਨਾ, ਫੈਸਲਾ ਕਰ ਲੈਣਾ ਸਰਕਾਰ ਨੇ। ਸੋ ਜੇ ਇਹ ਹੋ ਗਿਆ, ਇਹਨਾਂ ਦਾ ਪੇ ਕਮਿਸ਼ਨ ਦਾ ਫੈਸਲਾ ਹੋ ਗਿਆ, ਕਿੱਡੀ ਵੱਡਿਆ ਕਿੰਨਾ ਵੱਡਾ ਸਰਕਾਰ ਨੂੰ ਬਰਡਨ ਸੀ ਇਹਦਾ, ਸੋ ਕਿੰਨਾ ਵੱਡਾ ਇਹਦੇ ਨਾਲ ਪੋਟੈਂਸ਼ਲੀ ਜਿਹੜਾ ਬੋਝ ਪੈਂਦਾ ਸਰਕਾਰ 'ਤੇ, ਕੀਤਾ ਹੀ ਨਾ ਸਰਕਾਰ ਨੇ, ਪੰਜਾਬ ਸਰਕਾਰ ਨੇ ਕੀਤਾ ਨਾ। ਫਿਰ ਇਹਨਾਂ ਨੂੰ ਇਹ ਵੀ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਜੋ ਕੁਝ ਕਹੀਏ ਉਹ ਲੈ ਲਈਏ ਸਰਕਾਰ ਕੋਲ। ਮੈਂ ਅੱਜ ਕੋਈ ਇਹੋ ਜਿਹੀ ਗੱਲ ਨਹੀਂ, ਜਿਹੜਾ ਸਰਕਾਰ ਨੇ ਕਹਿਤਾ ਜਿੰਨੇ ਇੰਪਲਾਈ ਕਵਰ ਕਰਦੇ ਨੇ
जो सरकार ने गल कहती है 10 साल तो उपर वाले वो असि पक्के कर रहे हैं। जे सरकार ने कैबिनेट ने साडे सीएम ने फैसला लिया वो फैसले के मुताबिक सारे नु पक्का किया जाऊगा। देखो जिन्हें भी हेल्थ डिपार्टमेंट वाले ने जेडे कंटैक्ट बेस से जिन्होंने 10 साल उपर हो गए उन्होंने असी कर रहे हैं। जेडे कोई एफ जी स्कीम ने जेडिया सेंटर गवर्नमेंट स्कीम कंटैक्ट बेस से आए ने 40-60 की रेशो न जिसे 60% सेंटर गवर्नमेंट दे रही है 40% स्टेट शेयर है स्टेट का जेडे सेंटर दकीम भर्ती हुए ने उन्होंने ये पॉलिसी जी ये लागू नहीं हो रही। सो इन्हों का यह है कि इन्हों पर भी ये पॉलिसी जी लागू हो पर सरकार ये तो विचार कर जा रही है। सो इन्हों हजे अपनी स्ट्राइक छड़ के कम्मा ते जाना चाहिए ये नहीं लोगों का नुकसान करना चाहिए। वेखो हुण बच्चों ने स्कूल जाना हुंदा है पुल मल के बह जाते हैं किहदा नुकसान है ये समाज का नुकसान नहीं लोगों का नुकसान नहीं। सो लोगों की सगों हमदर्दी इन्हों लैनी चाहिए आ यह जहाँ काम नहीं करना चाहिए। हाँ मेरे दफ्तर आन के बह जाए मेरे घर आन के बह जाए लोगों का तो नुकसान ना कर पर मैं तो इन्हों ताडे रा ये भी मैसेज दे रहा कि ताडा राइट बनता स्ट्राइक करना धरना देना पर उहदे भी कोई कायदा कानून आ तुसीं वर्किंग डे वाले दिन तुसीं धरना नहीं दे सकते ड्यूटी वाले टाइम ते तुसीं धरना नहीं दे सकते क्यों ड्यूटियां छड़ के अपनी आउंदे। अज कोई पेशेंट जाता है वह भी लोग ने ना पंजाब के सो उन्हों का इलाज कौन करेगा इन्हों ये भी वेखना चाहिए ना इंपलाइज न कोई नहीं फिर कानून अपना भी काम करता ना फिर कानून भी जी पक्के किते ने जी केजरीवाल जी जो मर्जी कह पंजाब च आ के कहते दिल्ली धरने नहीं लग रहे दिल्ली टीचर बैठे नहीं कितने धरने नहीं लग रहे पंजाब च कहना बड़ा सौखा है अपना घर संभाल पहलो इन्हों अपना घर संभालना चाहिए। अज लड़ी है ना लड़ाई कोरोना की तुम वेखे सारे इंडिया की लड़ी है सारे वर्ल्ड ने लड़ी है पर दिल्ली के केस जड़े ने दिल्ली के पेशेंट कोरोना के साढ़े को एडमिट होंगे रहे उदो कि सने उदो क्यों नहीं दिल्ली वाले ने संभालिया सरकार का फर्ज बनता सी उत्थे सारा अरेजमेंट कर दी उतों छड़ छड़ के लोग औखे हो गए लोग पंजाब च आते रहे असं इतने अपने हस्पतालों उन्होंने एडमिट करते रहे। सो कहना बड़ा सौखा सो ये दिल्ली मॉडल की गल करते ने इन्हों नू अपना घर वेखना चाहिए पहले जे इत धरने आ रहे हैं तो उत्थे दिल्ली भी धरने हो रहे हैं ये नहीं भी दिल्ली धरने नहीं रख रहे।